ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅੰਮ੍ਰਿਤਸਰ ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ, ਬਾਬਾ ਦਰਸ਼ਨ ਸਿੰਘ ਦੇ ਡੇਰੇ ਲਾਗੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਂਦੇ ਹਾਂ। ਇੱਥੇ ਲਾਗੇ ਬੰਨੇ ਡੇਰੀਆਂ ਵੀ ਜਿਹੜੀਆਂ ਕਾਫੀ ਆ ਅਤੇ ਵਪਾਰ ਦੇ ਕੰਮ ਵੀ ਵਧੀਆ ਉਹਨਾਂ ਕੋਲ। ਆਪਾਂ ਅੱਜ ਅਮਨ ਚੋਲੀ ਜੀ ਉਹਨਾਂ ਕੋਲ ਪਹੁੰਚੇ ਹਾਂ ਅਤੇ ਚਾਰ ਗਾਵਾਂ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਤਿੰਨ ਸੂਈਆਂ ਅਤੇ ਇੱਕ ਗੱਭਣ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਬਹੁਤ ਵਧੀਆ, ਸ਼ੁਕਰ ਮਾਨ। ਚਲੋ ਵਧੀਆ ਚੀਜ਼ਦਾ। ਅਤੇ ਹੁਣ ਫਿਰ ਇੱਥੇ ਪੱਕਾ ਕਰ ਲਿਆ ਕੰਮ ਆਪਣਾ? ਠੀਕ ਆ, ਇੱਥੇ ਲਾਗੇ ਹੁਣ ਜਗ੍ਹਾ ਜਿਹੜੀ ਆ, ਡੇਰੀਆਂ ਵੀ ਲੱਗ ਗਏ ਆ ਬਿਲਕੁਲ, ਅਤੇ ਮੇਨ ਰੋਡ ਵੀ ਬਿਲਕੁਲ, ਮੇਨ ਰੋਡ ਦੇ ਉੱਪਰ ਹੀ ਆ ਹੈ ਨਾ। ਹੁਣ ਦੇਖ ਸਾਹਿਬ ਦਾ ਇੱਥੋਂ ਤਕਰੀਬਨ ਆਪਾਂ ਨੂੰ ਅੱਧਾ ਕਿਲੋਮੀਟਰ ਹੀ ਹੋਣਾ ਵਾ ਮੇਨ ਰੋਡ। ਨਹੀਂ ਆਪਣਾ ਅੱਧਾ ਕਿਲੋਮੀਟਰ ਵੀ ਨਹੀਂ ਆ, 300 ਮੀਟਰ ਵੱਧ ਤੋਂ ਵੱਧ ਹੋਏਗਾ। ਥੋੜਾ ਜਿਹਾ ਬਿਲਕੁਲ ਨਾਲ ਹੀ ਹੈ ਨਾ, ਨਾਲ ਹੀ ਹੈਗਾ ਬਸ, ਨਾਲੇ ਦਾ ਪੁਲ ਆਉਂਦਾ, ਨਹੀਂ ਤੇ ਇਹਦੇ ਕਿੱਲਾ ਵੀ ਨਹੀਂ ਆ ਆਪਣਾ। ਉਦਾਂ ਕਹਿ ਦੋ ਆਪਣਾ ਸਾਡਾ ਪਿੰਡ ਤੇ ਬਿਲਕੁਲ ਆਪੋਜ਼ਿਟ ਵੀ ਕਹਿ ਸਕਦੇ। ਹਾਂਜੀ ਹਾਂਜੀ, ਤੇ ਨਹੀਂ ਤੇ ਬਾਬਾ ਦਰਸ਼ਨ ਸਿੰਘ ਜੀ ਦਾ ਗੁਰਦੁਆਰਾ ਉਹਨਾਂ ਦੀ ਬੈਕ ਸਾਈਡ ਬਿਲਕੁਲ ਲੱਗ ਗਈ ਆ, ਤੇ ਜਿਹੜਾ ਸਾਡਾ ਪਿੰਡ ਘੁੰਮਣ ਫਿਰਨ ਵਾਸਤੇ ਜਗ੍ਹਾ ਬਣੀ ਉਹਦੇ ਬਿਲਕੁਲ ਸਾਹਮਣੇ ਹੀ ਆ। ਠੀਕ ਆ, ਚਲੋ ਨਾਮ ਦੱਸ ਦੇ ਕਰੀ। ਨਾਮ ਮੇਰਾ ਅਮਨ ਚੋਲੀ ਹੈ ਜੀ। ਹਾਂਜੀ। ਮੋਬਾਈਲ ਨੰਬਰ 6351374002। ਠੀਕ ਹੈ ਜੀ। ਹਾਂਜੀ, ਤੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ। 6351374002। ਠੀਕ ਹੈ ਜੀ। ਤੇ ਸ਼ੁਰੂਆਤ ਫਿਰ ਜਰਸੀ ਤੋਂ ਕਰ ਲਈਏ? ਹਾਂਜੀ, ਇਹ ਪੰਜਾਬ ਵਾਲੀ ਜਰਸੀ ਹੈ ਜੀ। ਤੇ ਵੈੜਾ ਆਪਣੇ ਕੋਲ ਇਸ ਤਰ੍ਹਾਂ ਨਹੀਂ ਆਉਂਦੀਆਂ ਹਮੇਸ਼ਾ? ਹਾਂਜੀ ਹਾਂਜੀ, ਇੱਦਾਂ ਦਾ ਹੀ ਮਾਲ ਮਿਲੇਗਾ, ਹਰ 12 ਮਹੀਨੇ ਮਤਲਬ ਇੱਧਰ ਮਾਲ ਅਵੇਲੇਬਲ ਮਿਲੇਗਾ। ਠੀਕ ਆ, ਤੇ ਜ਼ਿਆਦਾਤਰ ਸੂਈਆਂ ਸਵਾਈਆਂ ਹੀ ਹੁੰਦੀਆਂ ਤੁਹਾਡੇ ਕੋਲ? ਕਿੰਨਾ ਸੂਆ ਜਿਹਦਾ? ਇਹ ਭਾਜੀ ਘਰ ਵਾਲਿਆਂ ਨੇ ਤਾਂ ਪਹਿਲਾ ਸੂਆ ਕਹਿ ਕੇ ਦਿੱਤੀ ਹੈ, ਲੇਕਿਨ ਆਪਾਂ ਦੂਜਾ ਸੂਆ ਮੰਨਾਂਗੇ ਉਹਨੂੰ। ਅੱਛਾ। ਹਾਂਜੀ ਠੀਕ ਆ। ਔਰ ਅੱਜ ਸੂਈ ਨੂੰ ਉਹਨੂੰ ਦੂਸਰਾ ਦਿਨ ਹੈ ਮਤਲਬ ਸਹੀ ਮਾਇਨੇ 'ਚ ਮੰਨਿਆ ਜਾਏ, ਤੇ ਪਰਸੋਂ ਮਤਲਬ ਸ਼ਾਮ ਦੀ ਸੂਈ ਹੋਈ ਹੈ। ਅੱਛਾ, ਪਰਸੋਂ ਸ਼ਾਮ ਦੀ ਸੂਈ ਹੈ। ਠੀਕ ਆ, ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ। ਬੋਲਾ ਹੀ ਹੈ, ਬੋਲਾ ਹੈ। ਅਤੇ ਉਤਰਾ ਦੁੱਧ ਕਿੰਨਾ ਕੁ ਚਵਾਈ ਜਾਊਗੀ? ਆਰਾਮ ਨਾਲ 20 ਕਿਲੋ ਪਲੱਸ 'ਚ ਜਾਏਗੀ, ਇਸ ਵੇਲੇ 12 ਕਿਲੋ ਬੋਲੇ ਤਾਂ ਚੱਲਦੀ ਸੀਗੀ। ਅੱਛਾ ਹਾਂਜੀ, ਤੇ ਅਜੇ ਤਾਂ ਚਲੋ ਪਰਸੋਂ ਸ਼ਾਮੀ ਸੂਈ ਹੈ, ਸ਼ਾਮੀ ਸੂਈ ਆ, 12 ਕਿਲੋ ਬੋਲਾ ਹੈ, ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੀ ਹੈ। ਹਾਂਜੀ ਹਾਂਜੀ, ਲੇਕਿਨ ਦੁੱਧ ਆਰਾਮ ਨਾਲ 20 ਕਿਲੋ ਇੰਨੇ ਚਵਾ ਦੇਣਾ। ਅਤੇ ਦੁੱਧ ਵੀ ਫੁੱਟਦਾ ਹੀ ਹੋਣਾ ਵਾ ਇਹਦਾ? ਹਾਂਜੀ ਹਾਂਜੀ, ਠੀਕ ਤੋਰੋ ਹਾਂ ਇੱਕ ਵਾਰੀ। 20 ਤੋਂ ਬਾਹਰ ਹੀ ਜਿਹੜਾ ਕਹਿੰਦੇ ਕਿ ਚੱਲੂਗੀ ਸੂਆ, ਕਹਿੰਦੇ ਕੋਈ ਭਾਵੇਂ ਪਹਿਲਾਂ ਲਾ ਲਏ ਅਤੇ ਭਾਵੇਂ ਕੋਈ ਦੂਸਰਾ ਲਾ ਲਏ, ਬਾਕੀ ਥੋੜ੍ਹੀਆਂ ਥੋੜ੍ਹੀਆਂ ਜਿਹੀ ਭੁਲਾਂ ਵੀ ਹਵਾ ਦਿੰਦੇ ਪਈਆਂ। ਬਾਕੀ ਹੈਗੀ ਜਿਹੜੀ ਪੰਜਾਬ ਵਾਲੀ ਜਰਸੀ ਆ, ਅਤੇ ਚੰਗੇ ਕੱਦ ਕੱਠ ਲਈ ਬਹੁਤ ਥਣ ਚੱਡਾ ਬਿਲਕੁਲ ਸਾਫ਼ ਸੁਥਰਾ ਲੱਗਾ। ਹਾਂ ਦੇਖ ਸਕਦੇ, ਚੰਗੀ ਸਫਾਈਆਂ ਜਿਹਾ ਜਿੰਨੀਆਂ ਵੀ ਆ। ਬਾਕੀ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਵੀਰ ਜੀ ਇਹਨਾਂ ਦਾ, ਬਾਹਰੋਂ ਘੁੰਮਾ ਲਿਆ ਹੋਵੇ। ਲੈ ਜਾ, ਇੱਕ ਮਿੰਟ ਚਿਹਰਾ ਦਿਖਾ ਦਈਏ ਇਹਦਾ। ਹਾਂ ਦੇਖ ਸਕਦੇ ਜੀ, ਛੋਟੇ ਛੋਟੇ ਤੇ ਕੱਦ ਕਾਠ ਵੀ ਜਿਹੜਾ ਇਹਦਾ HF ਗਾਵਾਂ ਵਰਗਾ ਵਾ, ਛੋਟੇ ਕੱਦ ਦੀ ਨਹੀਂ ਆ, ਜਰਸੀਆਂ ਦੇ ਹਿਸਾਬ ਨਾਲ ਚੰਗੀ ਆ ਜਿਹੜੀ। ਥਣਾਂ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਹਾਂ, ਕਾਫੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ, ਅਤੇ ਮਿਲਕਮੈਨ ਵੀ ਚੰਗੀ ਲੱਗੀ। ਬਾਕੀ ਜਿਹੜਾ ਕੋਈ ਵੀਰ ਸਾਂਭ ਵਾਲਾ ਕੋਈ ਲੈ ਜਾਊਗਾ, ਅਤੇ ਸਾਰੀਆਂ ਗਰਮੀਆਂ ਨੇ ਦੁੱਧ ਚੰਗਾ ਚਵਾਈ ਜਾਣਾ। ਗਰਮੀਆਂ 'ਚ ਚੋਣ ਵਾਲੀ ਵੈੜ ਆ ਜਿਹੜੀ ਪੰਜਾਬ ਵਾਲੀ ਜਰਸੀ ਆ। ਅਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਦਾ ਆਪਾਂ? ਮੁੱਲ ਭਾਜੀ ਕਰਾ ਲਓ ਭਾਵੇਂ 75 ਕਰਾ ਲਓ, 70 ਕਰਾ ਲਓ। ਹਾਂਜੀ, ਤੁਹਾਨੂੰ ਪਤਾ ਸਵਾ ਸਵਾ ਲੱਖ ਰੁਪਏ ਦੀਆਂ ਮੇਲੇ। ਹਾਂਜੀ ਹਾਂਜੀ,
ਮੋਹਲੇ ਕਹਿੰਦਾ ਇੱਕੋ ਹੀ ਰਹੇਗਾ 65,000 ਰੁਪਈਆ। ਅੱਛਾ ਫਿਕਸ ਰੇਟ ਹੈਗਾ। ਅੱਛਾ 500 ਰੁਪਏ ਛੂਟ ਹੋਈ। ਚਲੋ ਛੋਟ ਛੱਟ ਥੋੜ੍ਹੀ ਵਾਧੀ ਹੋ ਜਾਊਗੀ ਹਨਾ, ਇੱਕ ਵਾਰੀ ਹਵਾਨਾ ਇਹਦਾ ਫਿਰ ਤਾਂ ਦੇਖ ਸਕਦੇ ਲੱਗ ਗਏ ਤਾਂ। ਅਤੇ ਹੁਣ ਇੱਕ ਆ ਸੂਈ ਸਵਾਈ ਆ ਇਹ ਵੀ, ਹਾਂਜੀ 11 ਜਿਹਾ ਫੇਸ ਆ, ਛੋਟੇ ਛੋਟੇ ਕਾਨੇ ਇਹਦੇ ਵੀ, ਅਤੇ ਥਾਣੇ ਦੇ ਵੀ ਲੱਗੇ ਤਾਂ ਦੇਖ ਸਕਦੇ, ਥਾਣਾ ਦਾ ਸਾਈਜ਼ ਗੈਪ ਇਹਦਾ ਚੰਗਾ ਵਾ, ਦੂਰ ਦੂਰ ਜਿਹੜਾ ਥਾਣਾ ਇਹਦੇ ਵੀ ਲੱਗੇ ਅਤੇ ਮਿਲਕੀ ਮੈਨੂੰ ਵੀ ਚੰਗੀ ਲੱਗੀ ਹੈ। ਇਹਨੂੰ ਕਿੰਨਾ ਚਿਰ ਹੋ ਗਿਆ ਵਿੱਦੀ ਸੂਈ ਨੂੰ? ਅੱਜ ਭਾਜੀ ਇਹਨੂੰ 7 ਦਿਨ ਹੋ ਗਏ। 7 ਦਿਨ ਹੋ ਗਏ ਆ, ਕਿੰਨਾ ਦੁੱਧ ਤਿਆਰ ਕਰ ਗਈ ਜੀ? ਇਸ ਵੇਲੇ 16 ਕਿਲੋ ਦੁੱਧ ਤਿਆਰ ਹੈਗਾ। ਤਿਆਰ? ਬਿਲਕੁਲ ਬਿਲਕੁਲ ਤਿਆਰ ਹੈ ਜੀ। ਅਤੇ ਕਿੰਨਾ ਕੁ ਚਵਾਈ ਜਾਓਗੇ? 20-22 ਕਿਲੋ ਦੁੱਧ ਆਰਾਮ ਨਾਲ ਅਸਕੇ ਚਵਾ ਦੇਣਾ। ਅੱਛਾ ਵੀ 20-22 ਲੀਟਰ ਚਵਾਈ ਜਾਓ ਆਰਾਮ ਨਾਲ ਜੀ। ਬੱਚੇ ਕਿਹੜੇ ਜੀ ਇਹਨਾਂ ਦੇ? ਇਹ ਪੁੱਛਾ ਹੈਗਾ ਜੀ। ਕਿਹੜਾ ਜੀ? ਬੱਚਾ ਵੀ ਵੇਖ ਲਓ, ਵੱਛੀ ਹੁੰਦੀ ਇਹਦੇ, ਕਮਾਲ ਹੋ ਜਾਣੀ ਚੰਗੇ ਟੀਕੇ ਦੀ ਵੱਛੀ। ਬੱਚਾ ਹੈਗਾ ਤਾਂ ਬੱਚਾ ਹੈਗਾ। ਅਤੇ ਆਹ ਜਿਹੜਾ ਬੱਚਾ ਪੈਂਦਾ ਨੰਬਰ ਵਾਲੀ ਜਰਸੀ ਦਾ ਹੈਗਾ, ਵੱਛਾ ਕਿਹਾ? ਵੱਛੀ ਜਰਸੀ ਦੇ, ਮਗਰ ਜਰਸੀ ਵੱਛੀ ਆ, ਤਾਜ਼ੀ ਆ ਬਿਲਕੁਲ, ਨਾਲ ਜਿਹੜੇ ਨਾਲ ਹੀ ਇਹਨਾਂ ਦੇ। ਅਤੇ ਆਹ ਜਿਹੜੀ ਕੰਢ 'ਤੇ ਤੁਹਾਨੂੰ ਸੂਈ ਹੋਰ ਦਿਖਾਉਣੀ, ਇਹ ਵੀ ਵੱਛਾ ਜੀ? ਚਲੋ ਤੋਰੋ ਫਿਰ ਇੱਕ ਵਾਰੀ ਨਾ, ਇਹਨੂੰ ਜਿਹੜਾ 7 ਦਿਨ ਹੋਏ ਕਹਿੰਦੇ ਸੂਈ ਨੂੰ, ਦੁੱਧ 20-22 ਲੀਟਰ ਜਿਹੜਾ ਇਹ ਵੀ ਕਹਿੰਦੇ ਚਵਾਈ ਜਾਊਗੀ। ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ, ਬੋਡੀ ਦੀ ਸ਼ਾਈਨ ਵੀ ਚੰਗੀ। ਲਿਆ ਵੀ ਜੀ, ਦੇਖ ਸਕਦੇ ਜੀ, ਲੈ ਜਾ। ਦੇਖ ਸਕਦੇ ਭਗਵਾਨਾ ਇਹਨੇ ਵੀ ਚੰਗਾ ਬਣਾਇਆ ਵਾ। ਅਤੇ ਇਹਦਾ ਵੀਰ ਜੀ ਫਿਰ ਕਿੰਨਾ ਮੁੱਲ ਰੱਖ ਦਈਏ? ਮੁੱਲ ਭਾਅ ਜੀ ਕਰਾਉਣ ਨੂੰ ਇਹਦਾ ਵੀ 70-75 ਜੋ ਕੁਛ ਮਰਜ਼ੀ ਕਰਾਈ ਜਾਓ। ਹਾਂਜੀ ਹਾਂ, ਨਾ ਇਹ 64,000 ਰੁਪਏ ਜੀ, 500 ਰੁਪਏ ਸ਼ੁਰੂ ਹੋਈ। ਅੱਛਾ 64,000 ਦੀ ਇਹ ਦੇ ਦਿਓਗੇ, ਠੀਕ ਹੈ ਜੀ। ਅਤੇ ਹੁਣ ਇੱਕ ਵੈੜ ਆ ਕਾਫੀ ਖੂਬਸੂਰਤ ਆ, ਜਿਹੜੀ ਚੰਗੇ ਸੋਹਣੇ ਬੋਡੀ ਸਟਰਕਚਰ ਵਾਲੀ ਆ, ਅਤੇ ਆਈ ਵੀ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਆ, ਬਹੁਤ ਭਾਰੀ ਫਾਰਮ ਦੀ ਵੈੜ ਹੈਗੀ ਜੀ। ਥਾਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ, ਚੰਗੇ ਗੈਪ 'ਤੇ ਥਾਣ ਆ, ਬਿਲਕੁਲ ਦੂਰ ਦੂਰ ਜਿਹੜਾ ਥਾਣੇ 'ਤੇ ਲੱਗਾ ਵਾ, ਹਾਂ ਦੇਖ ਸਕਦੇ, ਇੱਕੋ ਜਿਹਾ ਸਾਈਜ਼ ਆ ਅਤੇ ਇੱਕੋ ਜਿਹਾ ਹੀ ਗੈਪ ਹੈ। ਹਲੇ ਤਿਆਰ ਹੋਣੀ ਆ, ਬਾਕੀ ਇਹ ਕਿ ਜਿੱਦਣ ਇਹ ਤਿਆਰ ਹੋਈ ਚੰਗੀ ਸੋਹਣੀ ਵੈੜ ਬਣਨੀ ਆ। ਕਿਨਵਾਂ ਸੂਆ ਜੇ ਵਿੱਦੀ ਇਹਦਾ? ਪਹਿਲਾਂ ਸੂਆ ਸੋਹਣੀ ਆ ਅਤੇ ਚੰਗੀ ਕਮਾਲ ਦੀ ਤਿਆਰ ਹੋ ਗਈ। ਅੱਛਾ ਹਾਂਜੀ। ਅਤੇ ਦੁੱਧ ਕਿੰਨਾ ਪਹਿਲੇ ਸੂਬੇ 'ਚ ਪਾਈ ਜਾਊਗੀ? 20 ਕਿਲੋ ਆਸਕੇ। ਅੱਛਾ ਵੱਡੀ ਵੈੜ ਨੂੰ 20 ਕਿਲੋ ਕੀ ਜਾਂਦਾ? ਹਾਂਜੀ ਸੋਹਣੀ ਵੈੜ ਆ, ਹੈ ਨਾ ਜੀ। ਤੋਰੋ ਹਾਂ ਇੱਕ ਵਾਰੀ ਨਾ ਫਿਰ। ਅਜੇ ਤੇਰਾ ਦਿਨ ਕਿੰਨੇ ਕੁ ਲੈ ਜਾਊਗੀ? ਠੀਕ ਹੈ, ਥੋੜ੍ਹਾ ਡਰਦੀ ਆ ਸਾਡੇ ਕੋਲੋਂ। ਬਾਕੀ ਬੋਡੀ ਦੀ ਸ਼ਾਈਨ ਬੜੀ ਚੰਗੀ ਹੈ ਜਿਹੜੀ ਇਹਦੀ, ਸਾਂਭੀ ਸੁੰਭੀ ਕਹੇ ਵੀ ਇਹਨੇ ਚੰਗੀ ਰੀਝ ਨਾ, ਠੀਕ ਹੈ। ਕੱਦ ਕਾਠ ਵੀ ਚੰਗਾ, ਚੰਗੀ ਸੋਹਣੀ ਸ਼ੌਕੀਨ ਵੈੜ ਹੈ। ਲੈ ਜਾ ਵੀਰ ਜੀ, ਬਾਕੀ ਹਲੇ ਤੇ ਲੱਟ ਲਾ ਕਾਫੀ ਆ, ਅਜੇ ਹਫਤਾ 10 ਦਿਨ ਸੋਨ 'ਚ ਖੜੂਗੀ। ਅਤੇ ਸੋਹਣੀ ਵੈੜ ਤਿਆਰ ਹੋਣੀ,
ਬਾਕੀ ਕੋਈ ਵੀਰ ਇੱਥੇ ਆਣ ਕੇ ਪਸੰਦ ਕਰਕੇ ਖੜੇ ਤੇ ਮੁੱਲ ਵਿਧੀ ਦਾ ਫਿਰ ਮੁੱਲ ਵਿਧੀ ਦਾ ਵੀ ਜੋ ਕੋਈ ਮਰਜ਼ੀ ਕਰਨ ਨੂੰ ਕਰਾਈ ਜੋ ਹਾਂਜੀ ਫਿਕਸ ਰੇਟ ਦਾ ਵੀ ਆਪਣਾ 63,000 500 ਰੁਪਏ ਛੋੜ ਹੈ ਅੱਛਾ ਠੀਕ ਆ ਤੇ ਬਾਕੀ ਚਲੋ ਸੋਹਣੀ ਬੈਡ 70,000 ਕਰਾ ਲਓ ਜੋ ਕੁਝ ਮਰਜ਼ੀ ਮੋਲ ਕਰਾ ਲਓ ਬੈਡ ਪੂਰੀ ਪਿੱਠ ਪੁੱਠੇ ਦੀ ਵੱਡੀ ਆ ਹਾਂਜੀ ਹਾਂਜੀ ਖਾਨ ਚੱਡੇ ਦੀ ਵੀ ਸੋਹਣੀ ਨਿਕਲੇਗੀ ਨਿਗਰ ਕੰਪੈਕਟ ਕਟਰ ਦੀ ਬੈਡ ਨਿਕਲੇਗੀ ਇਹ ਆ ਕਿ ਅਜੇ ਤਿਆਰ ਹੋਣੀ ਆ ਜਿੱਦਣ ਇਹ ਤਿਆਰ ਹੋਈ ਤੇ ਉਦੋਂ ਆਪਣੇ ਅਸਲੀ ਰੂਪ ਚ ਆਉਣਾ ਹੈ ਨਾ ਤੇ ਹੁਣ ਇੱਕ ਹੋਰ ਹੈਗੀ ਐਂਡ ਤੇ ਉਹ ਵੀ ਦਿਖਾ ਦਈਏ ਤਿਆਰ ਹੋਉਂਦੇ ਤੇ 75,000 ਦੀ ਬੈਡ ਹੈਗੀ ਹਾਂਜੀ ਹਾਂਜੀ ਇਹ ਕਾਫੀ ਸੋਈ ਸਵਾਈ ਆ ਖਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਇਹ ਵੀ ਫਿਕਸ ਆਰਡਰ ਦੀ ਹੈਗੀ ਬਿਲਕੁਲ ਠੀਕ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀ 5-7 ਦਿਨ ਹੀ ਹੋਏ ਅਜੇ ਤਾਜ਼ੀਆਂ ਸੂਈਆਂ ਸਾਰੀਆਂ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਦੁੱਧ ਇਸ ਵੇਲੇ ਇਹਦੇ ਥੱਲੇ 13 ਕਿਲੋ ਦੁੱਧ ਤਿਆਰ ਤਿਆਰ ਬਿਲਕੁਲ ਬਿਲਕੁਲ ਆਪਾਂ 12 ਕਿਲੋ ਕਹਿ ਕੇ ਦੇਵਾਂਗੇ ਤੇ ਇਹ ਕਿੰਨਾ ਚਵਾਈ ਜਾਊਗੀ ਆਰਾਮ ਨਾਲ 15 ਕਿਲੋ ਦੇ ਕਿਤੇ ਵੀ ਨਹੀਂ ਗਿਆ ਥੱਲੇ 15-16 ਕਿਲੋ ਆਰਾਮ ਨਾਲ ਤੇ ਬਾਕੀ ਹੈਗੀ ਇਹ ਵੀ ਕਰੋਸ ਚੀ ਆ ਹਨਾ ਫੈਟ ਇਹਦੀ ਵੀ ਚੰਗੀ ਆਈ ਜਾਣੀ ਤੋਰ ਦਿਓ ਫਿਰ ਇਹਨਾਂ ਬਾਕੀ ਹੈ ਸਾਰੀਆਂ ਗਰਮੀ ਦੇ ਚੋਣ ਵਾਲੀਆਂ ਵਾ ਗਾਵਾਂ ਇਹਨਾਂ ਦੀ ਫੈਟ ਰੋਜ਼ ਨਿਕਲਦੀ ਆ ਹਾਂਜੀ ਇਹਦੀ ਫੈਟ ਘੱਟੋ ਘੱਟ 5 ਫੈਟ ਆਉਂਦੀ ਠੀਕ ਆ ਲੈ ਜੀ ਤੇ ਇਹਦਾ ਮੁੱਲ ਕਿੰਨਾ ਰੱਖਦੀ ਹੈ ਵਿਧੀ ਭਾਈ ਭਾਵੇਂ 55 ਕਰਾ ਲਓ 50 ਕਰਾ ਲਓ 50 ਰੁਪਏ ਦੀ ਹਾਂ ਲਾਓ ਐਡ ਦਵਾਂਗੇ ਕਿੰਨੇ ਤੇ ਕਿਹਾ ਜੀ ਮੈਂ ਮੁੱਲ ਕਰਾਉਣ ਨੂੰ ਭਾਵੇਂ 55 ਕਰਾ ਲਓ 50 ਕਰਾ ਲਓ ਹਾਂਜੀ ਇੱਕ ਘੱਟ 50 ਦੀ ਦੇ ਅੱਛਾ ਇੱਕ ਘੱਟ 50 ਦੀ ਦੇ ਦੋਗੇ 49,000 ਠੀਕ ਆ ਤੇ ਠੀਕ ਹੈ ਜੀ ਹੋਰ ਕੁਛ ਕਹਿਣਾ ਫਿਰ ਬਸ ਭਾਜੀ ਕਹਿਣਾ ਬਸ ਇਹੋ ਹੀ ਹੈ ਕਿ ਵੀ ਰੇਟ ਇਹਨਾਂ ਦੇ ਜੋ ਗਏ ਉਹ ਹੀ ਲੱਗਣੇ ਜੇ ਠੀਕ ਆ ਹਾਂਜੀ ਮਤਲਬ ਪੱਕੇ ਜੇ ਰੇਟ ਹੈਗੇ ਪੱਕੇ ਜੇ ਰੇਟ ਹੈਗੇ ਨੇ ਤੇ ਬਾਕੀ ਇੱਥੋਂ ਕੋਈ ਤਸੱਲੀ ਫੋਨ ਨਾ ਕਰੋ ਪਲੀਜ਼ ਠੀਕ ਹੈ ਤੇ ਬਾਕੀ ਇਹ ਕਿ ਇੱਥੋਂ ਕੋਈ ਤਾਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਕਰਕੇ ਲੈ ਕੇ ਜਾਣ ਬੈੜਾ ਪੂਰੀਆਂ ਗਾਰੰਟੀ ਵਾਲੀ ਬੈੜਾ ਆਈਆਂ ਨੇ 20 ਪਲੱਸ ਚੱਲਣ ਵਾਲੀਆਂ ਬੈੜਾ ਆਈਆਂ ਚੰਗੀ ਸੇਵਾ ਦੇ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪਸ਼ੂ ਚਾਰ ਬਕਾਓ ਕੀਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ